ਕਰੀਅਰ ਕਿੰਗ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਦਵਿੰਦਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਇਸ ਪ੍ਰੋਗਰਾਮ ਰਾਹੀਂ ਆਪਣੇ ਦਰਸ਼ਕਾਂ ਨੂੰ ਕਰੀਅਰ ਰਿਲੇਟਡ ਜਾਣਕਾਰੀ ਦਿੰਦੇ ਹਾਂ ਤਾਂ ਜੋ ਇਸ ਜਾਣਕਾਰੀ ਦਾ ਲਾਭ ਉਠਾਉਂਦੇ ਹੋਏ ਆਪਣੇ ਇੱਕ ਬਿਹਤਰ ਭਵਿੱਖ ਦੀ ਸਿਰਜਣਾ ਕਰ ਸਕਣ। ਤੇ ਅੱਜ ਸਾਡੇ ਦਰਮਿਆਨ ਸ੍ਰੀ ਗੁਰੂ ਹਰਕ੍ਰਿਸ਼ਨ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਅਸਿਸਟੈਂਟ ਪ੍ਰੋਫੈਸਰ ਸਰਦਾਰ ਭੁਪਿੰਦਰ ਸਿੰਘ ਜੀ ਆਏ ਹਨ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਬਿਜ਼ੀ ਸਕੇਡਿਊਲ ਚੋਂ ਸਾਡੇ ਦਰਸ਼ਕਾਂ ਲਈ ਕੁਝ ਸਮਾਂ ਕੱਢਿਆ। ਥੈਂਕ ਯੂ ਮੈਮ। ਸਰ, ਮੈਨੂੰ ਸਭ ਤੋਂ ਪਹਿਲਾਂ ਆਹ ਦੱਸੋ ਕਿ ਤੁਹਾਡੇ ਕਾਲਜ ਦੇ ਵਿੱਚ ਆਫਟਰ ਪਲੱਸ ਟੂ ਇੱਕ ਸਟੂਡੈਂਟ ਲਈ ਕਿਹੜੇ ਕਿਹੜੇ ਕੋਰਸਿਸ ਕਰਵਾਏ ਜਾਂਦੇ ਹਨ? ਹਾਂਜੀ ਮੈਮ, ਪਲੱਸ ਟੂ ਤੋਂ ਬਾਅਦ ਇੱਕ ਬੱਚੇ ਲਈ ਬੜਾ ਹੀ ਇੰਪੋਰਟੈਂਟ ਸਟੈਪ ਹੁੰਦਾ ਹੈ ਕਿ ਉਹ ਕਿਹੜੇ ਕੋਰਸ ਨੂੰ ਅਡੋਪਟ ਕਰੇ। ਤੇ ਹੁਣ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਪਲੱਸ ਟੂ ਦੇ ਐਗਜ਼ਾਮਸ ਚੱਲ ਰਹੇ ਹਨ, ਉਸ ਤੋਂ ਬਾਅਦ ਬੱਚੇ ਨੂੰ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਹੋ ਜਾਂਦੀ ਹੈ ਕਿ ਉਹ ਕਿਹੜੇ ਕੋਰਸ ਦੇ ਵਿੱਚ ਐਡਮਿਸ਼ਨ ਲਵੇ। ਮੈਂ ਇਹ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਪਲੱਸ ਟੂ ਤੋਂ ਬਾਅਦ ਵੇਰੀਅਸ ਗ੍ਰੈਜੂਏਸ਼ਨ ਕੋਰਸ ਜਿਹੜੇ ਹੈ ਚੱਲ ਰਹੇ ਹਨ, ਜਿਹਦੇ ਵਿੱਚ ਸਾਡੇ ਕੋਲ ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਕੌਮ ਪ੍ਰੋਫੈਸ਼ਨਲ, ਇਹ ਕੋਰਸਿਸ ਹੈ ਜਿਹੜੇ ਚਲਾਏ ਜਾ ਰਹੇ ਹਨ। ਮੈਂ ਇਹ ਦੱਸਣਾ ਚਾਹੂੰਗਾ ਕਿ ਬੀ ਸੀ ਏ ਕੋਰਸ ਵਿੱਚ ਉਹ ਬੱਚਾ ਜਾ ਸਕਦਾ ਹੈ ਜਿਸਨੇ ਕੰਪਿਊਟਰ ਫੀਲਡ ਦੇ ਵਿੱਚ ਜਾਂ ਆਈ ਟੀ ਸੈਕਟਰ ਦੇ ਵਿੱਚ ਜਾਣਾ ਹੈ। ਅਤੇ ਜੇ ਕਿਸੇ ਬੱਚੇ ਦਾ ਇੰਟਰਸਟ ਮੈਨੇਜਮੈਂਟ ਸਟੱਡੀਜ਼ ਵੱਲ ਹੈ ਜਾਂ ਫਿਰ ਉਹ ਕਾਰਪੋਰੇਟ ਸੈਕਟਰ ਵੱਲ ਜਾਣਾ ਚਾਹੁੰਦਾ ਤਾਂ ਉਹਦੇ ਲਈ ਬੀ ਕੌਮ, ਬੀ ਬੀ ਏ, ਬੀ ਬੀ ਏ, ਬੀ ਕੌਮ ਪ੍ਰੋਫੈਸ਼ਨਲ, ਇਹ ਕੋਰਸਿਸ ਹਨ, ਉਹਦੇ ਵਿੱਚ ਐਡਮਿਸ਼ਨ ਲੈ ਸਕਦਾ ਹੈ। ਮੈਮ, ਇੱਕ ਦੱਸਣਾ ਚਾਹੂੰਗਾ ਕਿ ਜਿਹੜਾ ਸਾਡੇ ਕੋਲ ਅੱਜ ਕੱਲ੍ਹ ਬੈਂਕਿੰਗ ਸੈਕਟਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਵੱਧ ਫੁੱਲ ਰਿਹਾ ਹੈ, ਅਤੇ ਬੀ ਕੌਮ ਅਤੇ ਜਿਹੜੀ ਬੀ ਕੌਮ ਪ੍ਰੋਫੈਸ਼ਨਲ ਬੀ ਬੀ ਹੈ ਇਹਦੇ ਵਿੱਚ ਲੈ ਕੇ ਐਡਮਿਸ਼ਨ ਉਹ ਬੈਂਕਿੰਗ ਇੰਡਸਟਰੀ 'ਚ ਵੀ ਜਾ ਕੇ ਆਪਣੇ ਆਪ ਨੂੰ ਵਧੀਆ ਸਾਬਿਤ ਕਰ ਸਕਦਾ ਹੈ। ਸਰ, ਅਤੇ ਆ ਤਾਂ ਹੋ ਗਈ ਸਾਡੀ ਪਲੱਸ ਟੂ ਤੋਂ ਬਾਅਦ ਦੇ ਕੋਰਸਿਸ ਦੀ ਗੱਲ, ਅਤੇ ਸਰ ਤੁਹਾਡੇ ਕਾਲਜ ਵਿੱਚ ਆਫਟਰ ਪਲੱਸ ਟੂ ਯਾਨੀ ਕਿ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਦੇ ਕਿਹੜੇ ਕਿਹੜੇ ਕੋਰਸਿਸ ਕਰਵਾਏ ਜਾਂਦੇ ਹਨ? ਗ੍ਰੈਜੂਏਸ਼ਨ ਤੋਂ ਬਾਅਦ ਮੈਮ ਸਾਡੇ ਕੋਲ ਐਮ ਸੀ ਏ, ਐਮ ਐਸ ਸੀ, ਆਈ ਟੀ, ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਅਤੇ ਜੇ ਬੱਚਾ ਕੋਈ ਆਈ ਟੀ ਫਰਮ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਕੋਲ ਐਮ ਸੀ ਏ ਹੈ ਜੋ ਕਿ ਸਾਡੇ ਕੋਲ 3 ਈਅਰਸ ਦੀ ਹੈ, ਅਤੇ ਉਸ ਤੋਂ ਬਾਅਦ ਸਾਡੇ ਕੋਲ ਇਸ ਤੋਂ ਇਲਾਵਾ ਸਾਡੇ ਕੋਲ ਐਮ ਐਸ ਸੀ ਆਈ ਟੀ ਹੈ, ਐਮ ਐਸ ਸੀ ਆਈ ਟੀ 2 ਈਅਰਸ ਦੀ, ਅਤੇ ਪਲੱਸ ਸਾਡੇ ਕੋਲ ਪੀ ਜੀ ਡੀ ਸੀ ਹੈ। ਐਮ ਸੀ ਏ ਵਾਸਤੇ ਸਾਡੇ ਕੋਲ ਅਗੇਨ ਉਹੀ ਐਲੀਜੀਬਿਲਟੀ ਹੈ ਕਿ ਬੀ ਸੀ ਏ ਕੀਤੀ ਹੋਣੀ ਚਾਹੀਦੀ ਹੈ ਉਸਨੇ, ਅਤੇ ਜਿਹੜੀ ਐਮ ਐਸ ਸੀ ਆਈ ਟੀ ਹੈ ਉਹਦੇ ਵਾਸਤੇ ਵੀ ਬੀ ਸੀ ਏ ਹੋ ਗਈ ਜਾਂ ਫਿਰ ਕੋਈ ਹੋਰ ਗ੍ਰੈਜੂਏਸ਼ਨ ਕੀਤੀ ਹੋਵੇ। ਇੱਕ ਸਾਡੇ ਕੋਲ ਹੋਰ ਡਿਪਲੋਮਾ ਕੋਰਸ ਹੈ ਗ੍ਰੈਜੂਏਸ਼ਨ ਤੋਂ ਬਾਅਦ, ਉਹ ਪੀ ਜੀ ਡੀ ਸੀ ਹੈ। ਜਿਹੜੇ ਬੱਚਿਆਂ ਦਾ ਕੰਪਿਊਟਰ ਦੇ ਵਿੱਚ ਡਿਪਲੋਮਾ ਕਰਨ ਦੀ ਇੱਛਾ ਹੁੰਦੀ ਹੈ ਤਾਂ ਉਹ ਪੀ ਜੀ ਡੀ ਸੀ ਏ ਆਪਣਾ ਕਰ ਸਕਦੇ ਹਨ। ਤਾਂ ਪੀ ਜੀ ਡੀ ਸੀ ਏ ਤੋਂ ਬਾਅਦ ਇਹ ਹੈ ਕਿ ਉਹ ਗੌਰਮੈਂਟ ਜੋਬਸ ਵਾਸਤੇ ਜਿਨ੍ਹਾਂ ਵਾਸਤੇ ਇੱਕ ਇੱਕ ਸਾਲ ਦਾ ਡਿਪਲੋਮਾ ਚਾਹੀਦਾ ਹੁੰਦਾ ਹੈ, ਉਹਦੇ ਲਈ ਐਲੀਜੀਬਲ ਹੋ ਜਾਂਦਾ ਹੈ। ਤੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਆਲਰਾਊਂਡਰ ਦਾ ਜ਼ਮਾਨਾ ਹੈ, ਤੇ ਇਸ ਗੱਲ ਨੂੰ ਮੁੱਖ ਰੱਖਦੇ ਹਾਂ, ਸਰ ਤੁਹਾਡੇ ਕਾਲਜ ਦੇ ਵਿੱਚ ਕਿਹੜੀ ਕਿਹੜੀ ਐਕਸਟਰਾ ਕਰੀਕੂਲਮ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਹਨ? ਹਾਂਜੀ ਮੈਮ, ਸਾਡੇ ਕਾਲਜ ਦਾ ਇੱਕ ਮੋਟਿਵ ਇਹ ਨਹੀਂ ਹੈ ਕਿ ਸਿਰਫ ਅਸੀਂ ਆਪਣੇ ਬੱਚਿਆਂ ਨੂੰ ਬੁੱਕ ਵਰਮ ਬਣਾਈਏ, ਇਹਨੂੰ ਕਹਿੰਦੇ ਕਿਤਾਬੀ ਕੀੜਾ। ਅਸਾਂ ਇਸ ਤੋਂ ਇਲਾਵਾ ਸਾਡੇ ਕੋਲ ਕਾਫੀ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਕਾਲਜ ਦੇ ਵਿੱਚ ਰਨ ਕੀਤੀਆਂ ਜਾਂਦੀਆਂ ਜਾਂ ਕਰਾਈਆਂ ਜਾਂਦੀਆਂ ਹਨ ਜਿਹਦੇ ਰਾਹੀਂ ਬੱਚੇ ਦੀ ਓਵਰਆਲ ਡਿਵੈਲਪਮੈਂਟ ਹੁੰਦੀ ਹੈ। ਅਸੀਂ ਵੇਰੀਅਸ ਫੰਕਸ਼ਨ ਵੀ ਕਾਲਜ ਦੇ ਵਿੱਚ ਔਰਗਨਾਈਜ਼ ਕਰਾਉਂਦੇ ਹਾਂ, ਜਿਵੇਂ ਉਹਦੇ ਵਿੱਚ ਸਾਡੇ ਕੋਲ ਸਟੱਡੀ ਦੇ ਰਿਲੇਟਡ ਡੈਕਲਾਮੇਸ਼ਨ ਕੰਟੈਸਟ ਹੋ ਗਏ, ਕੁਇਜ਼ ਕੰਪੀਟੀਸ਼ਨ ਹੋ ਗਏ, ਇਹ ਕੰਪੀਟੀਸ਼ਨ ਕਰਾਏ ਜਾਂਦੇ ਹਨ। ਅਤੇ ਬੱਚਿਆਂ ਦੀ ਫਿਜ਼ੀਕਲ ਫਿਟਨੈਸ ਵਾਸਤੇ ਸਾਡੇ ਕੋਲ ਵੇਰੀਅਸ ਆਊਟਡੋਰ ਐਕਟੀਵਿਟੀਜ਼ ਵੀ ਕਰਾਈਆਂ ਜਾਂਦੀਆਂ ਹਨ, ਜਿਹਦੇ ਵਿੱਚ ਸਾਡੇ ਕੋਲ ਟੱਗ ਆਫ ਵਾਰ ਜਿਹਨੂੰ ਪੰਜਾਬੀ 'ਚ ਆਪਾਂ ਰੱਸਾਕੱਸੀ ਕਹਿੰਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਲੈਮਨ ਰੇਸ, ਠੀਕ ਹੈ ਜੀ, ਆਊਟਡੋਰ ਐਕਟੀਵਿਟੀਜ਼ ਹੋਰ ਕਾਫੀ ਹੈ ਜਿਹੜੀਆਂ ਕਰਾਈਆਂ ਜਾਂਦੀਆਂ ਹਨ। ਈਵਨ ਸਾਡੇ ਬੱਚੇ ਆ ਜਿਹੜੇ ਉਹ ਪੰਜਾਬੀ ਯੂਨੀਵਰਸਿਟੀ ਦੁਆਰਾ ਜੋ ਯੂਥ ਫੈਸਟੀਵਲ ਹਰ ਸਾਲ ਔਰਗਨਾਈਜ਼ ਕਰਾਇਆ ਜਾਂਦਾ ਹੈ ਅਲੱਗ ਅਲੱਗ ਕਾਲਜਿਸ ਦੇ ਵਿੱਚ, ਸਾਡੇ ਕਾਲਜ ਦੇ ਬੱਚੇ ਉਹਨਾਂ ਥਾਵਾਂ 'ਤੇ ਜਾ ਕੇ ਪਾਰਟੀਸਪੇਟ ਵੀ ਕਰਦੇ ਹਨ, ਅਤੇ ਪਾਰਟੀਸਪੇਟ ਕਰਨ ਦੇ ਬਾਅਦ ਉਹ ਕਾਫੀ ਸਾਰੇ ਮੈਡਲਸ ਵੀ ਜਿੱਤ ਕੇ ਲਿਆਉਂਦੇ ਹਨ। ਸਾਡੇ ਕਾਲਜ ਤੋਂ ਇਲਾਵਾ ਜੇ ਹੋਰ ਕਾਲਜਿਸ ਜਿਵੇਂ ਆਪਣਾ ਕੰਪੀਟੀਸ਼ਨਸ ਔਰਗਨਾਈਜ਼ ਕਰਾਉਂਦੇ ਹਨ, ਸਾਡੇ ਕਾਲਜ ਦੀਆਂ ਟੀਮਾਂ ਉੱਥੇ ਵੀ ਜਾਂਦੀਆਂ ਹਨ, ਅਸੀਂ ਉਹਨਾਂ ਨੂੰ ਇੰਨਾ ਟ੍ਰੇਨ ਕਰਦੇ ਹਾਂ ਕਿ ਉਹ ਉੱਥੇ ਜਾ ਕੇ ਮੈਡਲਸ ਵਧੀਆ ਜਿੱਤ ਕੇ ਲਿਆਉਂਦੇ ਹਨ। ਸਰ, ਜਿਵੇਂ ਬੱਚਿਆਂ ਦੇ ਮਨ 'ਚ ਬੜੀ ਚਾਹ ਹੁੰਦੀ ਹੈ ਕਿ ਉਹਨਾਂ ਦਾ ਕਾਲਜ ਹੈ ਜਿਹੜਾ ਵਧੀਆ ਯੂਨੀਵਰਸਿਟੀ ਤੋਂ ਐਫੀਲੇਟਡ ਹੋਵੇ, ਤੇ ਤੁਹਾਡੇ ਕਾਲਜ ਕਿਹੜੀ ਯੂਨੀਵਰਸਿਟੀ ਨਾਲ ਐਫੀਲੇਟਡ ਹੈ? ਹਾਂਜੀ ਮੈਮ, ਸਾਡਾ ਕਾਲਜ ਹੈ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਤੋਂ ਐਫੀਲੇਟਡ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਨੌਰਥ ਇੰਡੀਆ ਦੀ ਸਭ ਤੋਂ ਫੇਮਸ ਯੂਨੀਵਰਸਿਟੀ ਹੈ,
ਅਤੇ ਇਹ ਪੰਜਾਬ ਦੀ ਵੀ ਗਿਣੀ ਵਧੀਆ ਯੂਨੀਵਰਸਿਟੀਆਂ 'ਚੋਂ ਆਉਂਦੀ ਹੈ। ਅਤੇ ਸਾਡਾ ਜਿਹੜਾ ਕਾਲਜ ਹੈ, ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਸਾਡਾ ਜਿਹੜਾ ਕਾਲਜ ਹੈ ਉਹ AICTE ਅਪਰੂਵਡ ਹੈ। ਸਾਡੇ ਕਾਲਜ ਦੇ ਕਈ ਇੰਟਰਨੈਸ਼ਨਲ ਟਾਈਪਸ ਵੀ ਹਨ, ਅਤੇ ਸਾਡੇ ਕਾਲਜ ਦੀ ਜਿਹੜੀ ISO ਸਰਟੀਫਾਈਡ, IAO ਸਰਟੀਫਾਈਡ ਹੈ। ਸਰ, ਤੁਸੀਂ ਗੱਲ ਕੀਤੀ ਇੰਟਰਨੈਸ਼ਨਲ ਟਾਈਅਪਸ ਦੀ, ਹਾਂਜੀ ਹਾਂਜੀ ਇੰਟਰਨੈਸ਼ਨਲ ਟਾਈਅਪਸ ਤੋਂ ਕੀ ਭਾਵ? ਮੈਮ, ਇੰਟਰਨੈਸ਼ਨਲ ਟਾਈਪਸ ਜਿਵੇਂ ਕਿ ਕੋਈ ਸਟੂਡੈਂਟ ਦੀ ਕਈਆਂ ਦੀ ਇੱਛਾ ਹੁੰਦੀ ਹੈ ਕਿ ਉਹ ਕਾਲਜ ਵਿੱਚ ਪੜ੍ਹਦੇ ਹੋਏ ਉਹ ਬਾਹਰ ਅੱਗੇ ਆਪਣੇ ਕੰਟੀਨਿਊ ਕਰ ਸਕਦਾ ਹੈ ਸਟੱਡੀ, ਜਾਂ ਫਿਰ ਸਾਡੇ ਕੋਲ ਇੱਕ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਹੈ ਜਿਹਦੇ ਰਾਹੀਂ ਉਹ ਬਾਹਰ ਜਾ ਸਕਦਾ ਹੈ। ਅਤੇ ਇਹ ਜਿਹੜਾ ਸਾਡਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਹੈ, ਇਹ ਸਾਡਾ ਜਿਹੜਾ ਇੱਕ MOU ਸਾਈਨ ਹੈ, ਜਿਹੜਾ ਕਿ ਕਨਕੋਡੀਆ ਯੂਨੀਵਰਸਿਟੀ ਵਿਨ ਕੌਨਸਨ ਅਮੈਰੀਕਾ ਵਿੱਚ ਹੈ, ਉਹਨਾਂ ਦੇ ਨਾਲ ਸਾਡਾ MOU ਸਾਈਨ ਹੈ। ਉਸ MOU ਥਰੂ ਸਾਡੇ ਕੋਲ ਕਾਫੀ ਸਾਰੇ ਪ੍ਰੋਗਰਾਮ ਚੱਲ ਰਹੇ ਹਨ, ਜਿਹਦੇ ਵਿੱਚ ਸਾਡੇ ਕੋਲ ਇੱਕ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਉਸ ਪ੍ਰੋਗਰਾਮ ਰਾਹੀਂ ਸਟੂਡੈਂਟ ਆਪਣਾ ਸਟੱਡੀ ਸਾਡੇ ਕਾਲਜ ਕਰਦੇ ਹੋਏ ਫਰਦਰ ਉੱਥੇ ਕੰਟੀਨਿਊ ਕਰ ਸਕਦਾ ਹੈ, ਅਤੇ ਉਹਨਾਂ ਦੋਨਾਂ ਡਿਗਰੀਜ਼ ਦਾ ਉਹਨੂੰ ਬਰਾਬਰ ਬੈਨੀਫਿਟ ਮਿਲਦਾ ਹੈ। ਸਰ, ਜਿਵੇਂ ਕਿ ਜਿਹੜੇ ਸਟੂਡੈਂਟਸ ਲਾਗੇ ਤਾਗੇ ਦੇ ਪਿੰਡਾਂ ਤੋਂ ਆਉਂਦੇ ਹਨ, ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਟਰਾਂਸਪੋਰਟ ਫੈਸਿਲਿਟੀਜ਼ ਅਵੇਲੇਬਲ ਹਨ? ਹਾਂਜੀ ਮੈਮ, ਸਾਡੇ ਕੋਲ ਜਿਵੇਂ ਕਿ ਕਾਫੀ ਸਾਰੇ ਬੱਚੇ ਆ ਜਿਹੜੇ ਰੂਰਲ ਏਰੀਆਸ ਤੋਂ ਆਉਂਦੇ ਹਨ, ਅਤੇ ਉਹਨਾਂ ਵਾਸਤੇ ਸਾਡੇ ਕੋਲ ਬੱਸ ਫੈਸਿਲਿਟੀ ਅਵੇਲੇਬਲ ਹੈ। ਅਸੀਂ ਸਾਡੀਆਂ ਜਿਹੜੀਆਂ ਕਾਲਜ ਦੀਆਂ ਬੱਸਿਸ ਆ ਉਹ ਰੂਰਲ ਏਰੀਆਸ 'ਚ ਜਾਂਦੇ ਹਨ, ਅਤੇ ਬੱਚੇ ਉਹ ਬੱਸਿਸ ਥਰੂ ਆਪਣਾ ਕਾਲਜ ਆਉਂਦੇ ਹਨ। ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜੇ ਬੱਚੇ ਸਾਡੇ ਕੋਲ ਸਿਟੀਜ਼ ਦੇ ਹਨ, ਅਰਬਨ ਏਰੀਆਜ਼ ਦੇ ਹਨ, ਉਹ ਵੀ ਜਿਹੜੇ ਕਈ ਵਹੀਕਲਸ ਨਹੀਂ ਅਫੋਰਡ ਕਰ ਸਕਦੇ ਜਾਂ ਫਿਰ ਵਹੀਕਲ 'ਤੇ ਨਹੀਂ ਆ ਸਕਦੇ, ਤਾਂ ਉਹਨਾਂ ਲਈ ਵੀ ਸਾਡੇ ਕੋਲ ਜਿਹੜੀਆਂ ਸਿਟੀਜ਼ ਦੇ ਵਿੱਚ ਵੀ ਅਰਬਨ ਏਰੀਆਜ਼ 'ਚ ਵੀ ਬੱਸਿਸ ਟਰਾਂਸਪੋਰਟ ਫੈਸਿਲਿਟੀ ਅਵੇਲੇਬਲ ਹੈ, ਉਹ ਟਰਾਂਸਪੋਰਟ ਫੈਸਿਲਿਟੀ ਨੂੰ ਯੂਜ਼ ਕਰਕੇ ਆਪਣਾ ਕਾਲਜ ਪਹੁੰਚ ਸਕਦੇ ਹਨ। ਸਰ, ਜਿਵੇਂ ਕਿ ਇੱਕ ਸਟੂਡੈਂਟ ਨੂੰ ਹੁੰਦਾ ਹੈ ਇੱਕ ਇਨਫਰਾਸਟ੍ਰਕਚਰ ਵਧੀਆ ਹੋਵੇ ਕਾਲਜ ਦਾ, ਜਾਂ ਹੋਰ ਕਿਹੜੀ ਕਿਹੜੀ ਫੈਸਿਲਿਟੀਜ਼ ਹਨ ਜਿਨ੍ਹਾਂ ਕਰਕੇ ਉਹ ਆਪਣੇ ਇੱਕ ਅਪਗ੍ਰੋਇੰਗ ਅੱਛੀ ਕਰ ਸਕਣ? ਹਰ ਸਟੂਡੈਂਟ ਨੂੰ ਹੁੰਦਾ ਕਿ ਮੈਡਮ ਉਹ ਜਿੱਥੇ ਪੜ੍ਹ ਰਿਹਾ ਉਸ ਕਾਲਜ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਹੋਵੇ, ਅਤੇ ਜਿਹੜਾ ਸਾਡੇ ਕਾਲਜ ਦਾ ਇਨਫਰਾਸਟ੍ਰਕਚਰ ਹੈ ਉਹ ਬਹੁਤ ਹੀ ਵਧੀਆ ਹੈ। ਸਾਡੇ ਜਿਹੜੇ ਕਲਾਸਰੂਮਸ ਹਨ ਉਹ ਬਹੁਤ ਹੀ ਏਅਰੀ ਰੂਮਸ ਹਨ, ਜਿਹੜੀਆਂ ਸਾਡੀਆਂ ਕੰਪਿਊਟਰ ਲੈਬਸ ਹਨ ਉਹ ਵੀ ਹਾਈਟੈਕ ਲੈਬਸ ਹਨ, ਅਤੇ ਕੰਪਿਊਟਰ ਅਤੇ ਸਟੂਡੈਂਟ ਦੀ ਜਿਹੜੀ ਰੇਸ਼ੋ ਹੈ ਉਹ 1:1 ਰੇਸ਼ੋ ਹੈ, ਯਾਨੀ ਕਿ ਹਰ ਇੱਕ ਬੱਚੇ ਨੂੰ ਇੱਕ ਪਰਟੀਕੁਲਰ ਕੰਪਿਊਟਰ ਆਪਣਾ ਮਿਲ ਜਾਂਦਾ ਹੈ ਜਿਹਦੇ 'ਤੇ ਉਹ ਪੂਰਾ ਆਪਣਾ ਕੰਪਿਊਟਰ ਦਾ ਕੰਮ ਕਰ ਸਕਦਾ ਹੈ। ਅਤੇ ਮੈਂ ਇਹ ਦੱਸਣਾ ਚਾਹੂੰਗਾ ਕਿ ਸਾਡੇ ਕੋਲ ਲੈਬਸ ਜਿਵੇਂ ਹਨ, ਮੈਂ ਤੁਹਾਨੂੰ ਦੱਸਿਆ ਫੁੱਲੀ ਏਅਰ ਕੰਡੀਸ਼ਨ ਲੈਬਸ ਹਨ, ਸਾਡੇ ਕੋਲ ਇੱਕ ਕਮਿਊਨੀਕੇਸ਼ਨ ਲੈਬ ਹੈ ਜਿਸ ਵਿੱਚ ਜਿਵੇਂ ਕਿ ਜਿਹੜੇ ਸਾਡੇ ਕੋਲ ਸਟੂਡੈਂਟਸ ਆਉਂਦੇ ਹਨ ਜਿਵੇਂ ਪਿੰਡਾਂ ਤੋਂ ਆਉਂਦੇ ਹਨ, ਵਿਲੇਜਸ ਤੋਂ ਆਉਂਦੇ ਹਨ, ਉਹਨਾਂ ਦਾ ਇੰਗਲਿਸ਼ ਦਾ ਜਿਹੜਾ ਕਮਿਊਨੀਕੇਸ਼ਨ ਹੁੰਦੀ ਹੈ, ਪ੍ਰੋਨਾਂਸੀਏਸ਼ਨ ਹੁੰਦੀ ਹੈ, ਉਹ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦੀ, ਤਾਂ ਉਸ ਚੀਜ਼ ਨੂੰ ਵਧੀਆ ਕਰਨ ਵਾਸਤੇ ਸਾਡੇ ਕੋਲ ਕਮਿਊਨੀਕੇਸ਼ਨ ਲੈਬ ਹੈ ਜਿਹਦੇ ਵਿੱਚ ਸਟੂਡੈਂਟ ਆਪਣਾ ਇੰਗਲਿਸ਼ ਬਹੁਤ ਵਧੀਆ ਸਿੱਖ ਸਕਦਾ ਹੈ ਅਤੇ ਆਪਣਾ ਫਿਊਚਰ ਦੇ ਵਿੱਚ ਅੱਛੀ ਇੰਗਲਿਸ਼ ਬੋਲ ਸਕਦਾ ਹੈ। ਇਸ ਤੋਂ ਇਲਾਵਾ ਸਾਡੇ ਕੋਲ ਕਾਲਜ ਦੇ ਵਿੱਚ ਪਲੇਗਰਾਊਂਡਸ ਹਨ, ਆਊਟਡੋਰ ਐਕਟੀਵਿਟੀਜ਼ ਵਾਸਤੇ ਕਾਫੀ ਵੱਡੇ ਜਿਹੜੇ ਆ ਸਾਡੇ ਕੋਲ ਪਲੇਗਰਾਊਂਡਸ ਹਨ, ਬਹੁਤ ਵਧੀਆ ਹਾਈਲੀ ਫਰਨਿਸ਼ਡ ਸਾਡੇ ਕੋਲ ਕੰਟੀਨ ਫੈਸਿਲਿਟੀ ਜਿਹੜੀ ਸਟੂਡੈਂਟ ਵਾਸਤੇ ਅਵੇਲੇਬਲ ਹੈ, ਜਿਹਦੇ ਵਿੱਚ ਸਾਡੇ ਕੋਲ ਹਾਈਜੈਨਿਕ ਫੂਡ ਅਸੀਂ ਪ੍ਰੋਵਾਈਡ ਕਰਦੇ ਹਾਂ। ਸਰ, ਜਿਵੇਂ ਕਿ ਇੱਕ ਲੜਕੀ ਦੇ ਮਾਪਿਓ ਨੂੰ ਬਹੁਤ ਚਿੰਤਾ ਹੁੰਦੀ ਹੈ ਕਿ ਉਹ ਕਿਸੇ ਅਲੱਗ ਸ਼ਹਿਰ ਵਿੱਚ ਜਾ ਕੇ ਜੇ ਪੜ੍ਹਨ ਜਾ ਰਹੀ ਹੋਵੇ, ਤਾਂ ਉਹਦੇ ਵਾਸਤੇ ਉਹਦੀ ਸੇਫ ਗਾਰਡ ਵਾਸਤੇ ਤੁਸੀਂ ਕੋਈ ਹੋਸਟਲ ਫੈਸਿਲਿਟੀ ਦਿੰਦੇ ਹੋ? ਮੈਮ, ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ੍ਹ ਦਾ ਟਾਈਮ ਹੈ, ਅਤੇ ਮਾਂ ਪਿਓ ਨੂੰ ਬਹੁਤ ਚਿੰਤਾ ਹੁੰਦੀ ਹੈ ਕਿ ਉਹ ਜਦੋਂ ਦੂਜੀ ਸਟੇਟ ਦੇ ਵਿੱਚ ਜਾਂ ਦੂਜੇ ਸ਼ਹਿਰ ਦੇ ਵਿੱਚ ਪੜ੍ਹਨ ਜਾ ਰਹੀ ਹੈ ਤਾਂ ਉਹ ਕਿਵੇਂ ਰਹੇਗੀ, ਉਹਦੀ ਸਿਕਿਉਰਿਟੀ ਤਾਂ ਬਹੁਤ ਜ਼ਿਆਦਾ ਹੁੰਦਾ ਹੈ। ਮੈਂ ਇਹ ਦੱਸਣਾ ਚਾਹੂੰਗਾ ਕਿ ਸਾਡੇ ਕਾਲਜ ਦਾ ਜਿਹੜਾ ਹੋਸਟਲ ਹੈ ਉਹ ਬਹੁਤ ਹੀ ਵਧੀਆ ਹੋਸਟਲ ਹੈ ਜਿਹਦੇ ਵਿੱਚ 24 ਆਵਰ ਸਿਕਿਉਰਿਟੀ ਹੈ, ਅਤੇ ਮਾਂ ਪਿਓ ਨੂੰ ਇਹ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਕਿ ਉਹ ਉਸਦੀ ਬੱਚੀ ਕਿਸ ਕੰਡੀਸ਼ਨ ਦੇ ਵਿੱਚ ਹੈ ਰਹਿ ਰਹੀ ਹੈ, ਉਹ ਆ ਕੇ ਦੇਖ ਸਕਦੇ ਹਨ ਸਾਡੇ ਕਾਲਜ ਜਿਹੜੀ ਫੈਸਿਲਿਟੀ ਹੈ, ਹੋਸਟਲ ਫੈਸਿਲਿਟੀ ਦੇਖ ਸਕਦੇ ਹਨ, ਉਹ ਬਹੁਤ ਹੀ ਵਧੀਆ ਅਤੇ ਉਹਨਾਂ ਦਾ ਬੱਚਾ ਜਿਹੜਾ ਬਿਲਕੁਲ ਸੇਫ ਹੈ। ਹਰ ਬੱਚੇ ਨੂੰ ਇੱਕ ਚਾਹ ਹੁੰਦੀ ਹੈ ਕਿ ਐਟਲੀਸਟ ਓਵਰਆਲ ਡਿਵੈਲਪਮੈਂਟ ਜਿਹੜੀ ਉਹਨਾਂ ਦੀ ਹੈ, ਐਂਡ ਵਿੱਚ ਇੱਕ ਗੱਲ ਆਉਂਦੀ ਹੈ ਰਿਜ਼ਲਟ ਦੀ, ਕਿ ਰਿਜ਼ਲਟ ਉਹਨਾਂ ਦਾ ਕਿਵੇਂ ਦਾ ਹੋਵੇ, ਉਹਨਾਂ ਦੀ ਪਰਫਾਰਮੈਂਸ ਤੁਹਾਡੇ ਕਾਲਜ ਵਿੱਚ ਕਿਵੇਂ ਦੀ ਹੁੰਦੀ ਹੈ? ਮੈਮ, ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਸਾਡਾ ਇਹ ਕਾਲਜ ਦਾ ਸਟਾਫ ਹੈ ਉਹ ਹਾਈਲੀ ਐਜੂਕੇਟਡ ਸਟਾਫ ਹੈ, ਅਤੇ ਉਹਨਾਂ ਦਾ ਪੂਰੇ ਦਾ ਪੂਰਾ ਜ਼ੋਰ ਹੈ ਜਿਹੜਾ ਉਹਨਾਂ ਦੇ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ ਲੱਗਾ ਹੁੰਦਾ ਹੈ।
ਅਤੇ ਮੈਂ ਇਹ ਦੱਸਣਾ ਚਾਹੂੰਗਾ ਕਿ ਜਿਹੜੇ ਸਾਡੇ ਕਾਲਜ ਦੇ ਸਟੂਡੈਂਟ ਹੈ ਉਹ ਪੰਜਾਬੀ ਯੂਨੀਵਰਸਿਟੀ ਦੇ ਟੌਪ ਪੋਜੀਸ਼ਨਸ ਦੇ ਵਿੱਚ ਆਉਂਦੇ ਹਨ ਅਤੇ ਜਿਹੜਾ ਸਾਡੇ ਕਾਲਜ ਦਾ ਰਿਜ਼ਲਟ ਹੈ ਉਹ 100% ਹੈ। ਅਤੇ ਸਾਡੇ ਕਾਲਜ ਦਾ ਮੈਂ ਦੱਸਣਾ ਚਾਹੂੰਗਾ ਕਿ ਜਿਵੇਂ ਰਿਜ਼ਲਟ ਵਧੀਆ ਆਉਂਦਾ ਹੈ, ਸਾਡੇ ਕੋਲ ਇੱਕ ਪਲੇਸਮੈਂਟ ਸੈੱਲ ਵੀ ਅਵੇਲੇਬਲ ਹੈ ਜਿਹਦੇ ਰਾਹੀਂ ਅੱਛੇ ਰਿਜ਼ਲਟਸ ਆਉਂਦੇ ਹਨ ਅਤੇ ਬੱਚੇ ਜਿਹੜੇ ਆ ਅੱਛੀ ਜੋਬਸ ਹਾਸਿਲ ਕਰਦੇ ਹਨ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਸਾਡੇ ਦਰਸ਼ਕਾਂ ਨੂੰ ਇੱਕ ਵਡਮੁੱਲੀ ਜਾਣਕਾਰੀ ਦਿੱਤੀ। ਧੰਨਵਾਦ ਜੀ। ਥੈਂਕ ਯੂ। ਤੇ ਇਹ ਸਨ ਸ਼੍ਰੀ ਗੁਰੂ ਹਰਕ੍ਰਿਸ਼ਨ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਤੋਂ ਅਸਿਸਟੈਂਟ ਪ੍ਰੋਫੈਸਰ ਸਰਦਾਰ ਭੁਪਿੰਦਰ ਸਿੰਘ ਜੀ। ਮੈਂ ਉਮੀਦ ਕਰਦੀ ਹਾਂ ਇਹਨਾਂ ਦੁਆਰਾ ਦਿੱਤੀ ਜਾਣਕਾਰੀ ਦਾ ਸਾਡੇ ਦਰਸ਼ਕ ਭਰਪੂਰ ਲਾਭ ਉਠਾਉਣਗੇ, ਅਤੇ ਜੇ ਕੋਈ ਹੋਰ ਕੁਐਰੀਜ਼ ਹੋਣ ਤਾਂ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਧੰਨਵਾਦ।